ਵੀ ਅਸੀਂ ਇਹ ਜਿਹੜੇ ਬੇਅਦਬੀਆਂ ਦੇ ਮੁੱਦੇ ਆ ਜਿੰਨੇ ਵੀ ਹੈਗੇ ਅਸੀਂ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਵਾਂਗੇ ਕਿਉਂਕਿ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਈਆਂ ਸੀ ਨਾ ਕਿ ਕਾਂਗਰਸ ਨੂੰ ਵੋਟਾਂ ਪਈਆਂ ਸੀ ਅਸਲੀ ਗੱਲ ਹੈ ਬਾਬਾ ਮੰਦਾ ਚੰਗਾ ਬੋਲਿਆ ਗਿਆ ਤੇ ਮੈਂ ਕਿਹਾ ਜੀ ਮਿਨਿਸਟਰਾਂ ਨੂੰ ਤੁਸੀਂ ਬੋਲਣ ਜੋਗਾ ਰਹਿਣ ਕਿੱਥੇ ਦਿੱਤਾ ਮੈਂ ਤਾਂ ਇਹ ਵੀ ਸੀਐਮ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਸਰਵੇ ਕਰਵਾਉਣ ਦੇ ਆ ਤੁਸੀਂ ਆਪਣਾ ਹੀ ਸਰਵੇ ਕਰਵਾ ਲਓ ਤਾਂ 2002 ਤੋਂ ਲੈ ਕੇ 2007 ਦੀ ਪਰਫਾਰਮੈਂਸ ਆ ਲੋਕਾਂ ਨੇ 2017 ਦੇ ਵਿੱਚ ਉਹ ਕੈਪਟਨ ਦੇਖ ਕੇ ਵੋਟਾਂ ਪਾਈਆਂ ਸੀਗੀਆਂ ਪਰ ਉਹ ਕੈਪਟਨ ਨਹੀਂ ਹੈਗਾ ਸਾਡੇ ਸੀਐਮ ਸਾਹਿਬ ਨੇ ਮੀਟਿੰਗ ਬੁਲਾਈ ਸੀ ਜਿਹੜੇ ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਟਰਮੋਇਲ ਪੈਦਾ ਹੋਇਆ ਤੇ ਉਹਦੇ ਸੰਬੰਧ ਦੇ ਵਿੱਚ ਅੱਜ ਦੁਆਬੇ ਦੇ MLA ਜਿਹੜੇ ਉੱਥੇ ਗਏ ਸੀਗੇ ਅਸਲੀ ਗੱਲ ਹੈ ਕਿ ਅਸਲੀ ਜੜ੍ਹ ਨੂੰ ਨਹੀਂ ਕੋਈ ਫੜਦਾ ਅਸਲੀ ਬਿਮਾਰੀ ਦੀ ਜਿਹੜੀ ਜੜ੍ਹ ਆ ਉਹ 2007 ਦਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਪੁਸ਼ਾਕ ਜਿਹੜੀ ਆ ਬਾਬੇ ਨੇ ਪਾਈ ਸੀ ਔਰ ਉਹਦੇ ਤੋਂ ਬਾਅਦ ਅਕਾਲੀ ਦਲ ਨੇ 2014 ਤੱਕ 2009 'ਚ 2012 'ਚ ਅਤੇ 2014 ਦੇ ਵਿੱਚ ਕੈਂਸਲੇਸ਼ਨ ਰਿਪੋਰਟਾਂ ਦੇ ਕੇ ਉਹਦਾ ਜਿਹੜਾ ਬੇਸਿਕ ਇਸ਼ੂ ਆ ਜਿਹੜਾ ਕੰਪਲੇਨੈਂਟ ਆ ਉਹ ਅੱਜ ਵੀ ਕਹਿੰਦਾ ਆ ਕਿ ਇਹ ਜਿਹੜਾ ਐਫੀਡੇਵਿਟ ਆ ਇਹ ਮੇਰਾ ਨਹੀਂ ਹੈ ਔਰ ਉਹਦਾ ਸਬਸੀਕੁਐਂਟ ਹੋਇਆ ਕਿ ਪੰਜਾਬ ਦੇ ਵਿੱਚ 10 ਮਹੀਨਿਆਂ 'ਚ ਬੇਅਦਬੀਆਂ ਸ਼ੁਰੂ ਹੋ ਗਈਆਂ ਔਰ ਉਹਦੇ ਤੋਂ ਬਾਅਦ ਕਿਉਂਕਿ ਇੱਕ ਬੇਅਦਬੀਆਂ ਦਾ ਇਸ਼ੂ ਆ ਇੱਕ ਲਾਅ ਐਂਡ ਆਰਡਰ ਦਾ ਇਸ਼ੂ ਆ ਔਰ ਲਾਅ ਐਂਡ ਆਰਡਰ ਦਾ ਇਸ਼ੂ ਜਿਹੜਾ ਆ ਉਹਦੀ ਜਿਹੜੀ ਇਹ ਜੱਜਮੈਂਟ ਆਈ ਆ ਲੇਕਿਨ ਅੱਜ ਤੱਕ 2017 'ਚ ਜੇ ਤੁਸੀਂ ਦੇਖੋਗੇ ਤਾਂ ਪਰਸਨੈਲਿਟੀ ਬੇਸ ਇਲੈਕਸ਼ਨ ਸੀ ਜਿਹਦੇ ਵਿੱਚ ਅਸੀਂ ਬੜੇ ਜ਼ੋਰ ਸ਼ੋਰ ਨਾਲ ਕਿਹਾ ਸੀ ਵੀ ਅਸੀਂ ਇਹ ਜਿਹੜੇ ਬੇਅਦਬੀਆਂ ਦੇ ਮੁੱਦੇ ਆ ਜਿੰਨੇ ਵੀ ਹੈਗੇ ਅਸੀਂ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਵਾਂਗੇ ਕਿਉਂਕਿ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਈਆਂ ਸੀ ਨਾ ਕਿ ਕਾਂਗਰਸ ਨੂੰ ਵੋਟਾਂ ਪਈਆਂ ਸੀ ਪਰ 4.25 ਸਾਲ ਬਾਅਦ ਅਸੀਂ ਉੱਥੇ ਦੇ ਉੱਥੇ ਹੀ ਖੜ੍ਹੇ ਹਾਂ ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਅਕਾਲੀ ਦਲ ਜਿਹੜਾ ਬੜਾ ਖੁਸ਼ੀਆਂ ਮਨਾ ਰਿਹਾ ਕਾਹਦੀ ਖੁਸ਼ੀ ਮਨਾ ਰਿਹਾ ਕਿਉਂਕਿ ਉਹਨਾਂ ਦੇ ਤਾਂ ਰਾਜ ਭਾਗ ਦੇ ਵਿੱਚ ਜਿੱਥੇ ਜਿਹੜੀ ਪੁਸ਼ਾਕ ਆ ਉਹਦਾ ਇਸ਼ੂ ਖੜ੍ਹਾ ਹੋਇਆ ਸੀ ਜਿਹੜੀ ਮਾਫ਼ੀਨਾਮਾ ਹੋਇਆ ਸੀ ਉਹਦਾ ਇਸ਼ੂ ਖੜ੍ਹਾ ਹੋਇਆ ਸੀ ਲੇਕਿਨ ਅੱਜ ਉਹ ਖੁਸ਼ੀਆਂ ਕਾਹਦੀਆਂ ਮਨਾਉਣ ਡਏ ਆ ਕਿਉਂਕਿ ਅਸੀਂ ਗੁਰੂਆਂ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾਂ ਨਹੀਂ ਦਵਾ ਸਕੇ ਲੇਕਿਨ ਅੱਜ ਸਾਡੀ ਵੀ ਜਿਹੜੀ ਹਾਲਤ ਆ ਉਹ ਲਗਭਗ ਉੱਥੇ ਹੀ ਖੜ੍ਹੀ ਆ ਕਿ 4.25 ਸਾਲ ਬਾਅਦ ਕਿਉਂਕਿ ਸਾਨੂੰ ਜਦੋਂ ਮੀਟਿੰਗ 'ਚ ਜਾਂਦੇ ਹਾਂ ਟੈਕਨੀਕਲ ਗੱਲਾਂ ਸਮਝਾਉਂਦੇ ਉਹ ਇੱਧਰ ਨੂੰ ਚਲੇ ਗਏ ਇੱਧਰ ਨੂੰ ਚਲੇ ਗਏ ਇੱਧਰ ਨੂੰ ਚਲੇ ਗਏ ਮੈਂ ਕਿਹਾ ਅਸਲੀਅਤ ਇਹ ਆ ਕਿ ਮੰਨ ਲਓ ਮੈਂ ਹਾਕੀ ਦਾ ਕਪਤਾਨ ਸੀ ਭਾਵੇਂ ਮੈਂ ਇੰਡੀਵਿਜੁਅਲੀ ਬਹੁਤ ਚੰਗਾ ਵੀ ਖੇਡਦਾ ਰਿਹਾ ਹੋਵਾਂ ਲੇਕਿਨ ਐਜ਼ ਏ ਕੈਪਟਨ ਮੈਨੂੰ ਜ਼ਿੰਮੇਵਾਰੀ ਤਾਂ ਲੈਣੀ ਪਊਗੀ ਜ਼ਿੰਮੇਵਾਰੀ ਕਿਹਦੀ ਹੈ ਜਿਹੜੀ ਸਿੱਟ ਸੀ ਉਹ ਬੇਸਿਕਲੀ 3 ਮਹੀਨਿਆਂ ਦੇ ਵਿੱਚ ਪਬਲਿਕਲੀ ਲੜ ਪਈ ਅਤੇ ਉਹਦਾ ਅਸਰ ਤਾਂ ਕੇਸ 'ਤੇ ਹੋਣਾ ਹੀ ਸੀ ਬਾਕੀ ਤਾਂ ਕਿਉਂਕਿ ਜਿਹੜੀ ਜੱਜਮੈਂਟ ਹੈ ਉਹ ਤੁਸੀਂ ਸਾਰਿਆਂ ਨੇ ਕਿਉਂਕਿ ਐਕਸਪਰਟਸ ਦੀਆਂ ਓਪੀਨੀਅਨ ਵੀ ਆਈਆਂ ਜੱਜਮੈਂਟਸ ਵੀ ਤੁਸੀਂ ਸਾਰਿਆਂ ਨੇ ਦੇਖੀ ਹੈ ਬਟ ਐਟ ਦਾ ਸੇਮ ਟਾਈਮ ਉਹਨੂੰ ਹੈਂਡਲ ਕਿਹਨੇ ਕਰਨਾ ਸੀ ਔਰ ਕਿਉਂਕਿ ਪਿਛਲੇ 2-3 ਦਿਨ ਮੈਂ ਦੇਖ ਰਿਹਾ ਵੀ ਮਿਨਿਸਟਰਸ ਨੂੰ ਵੀ ਅਸਲੀ ਗੱਲ ਹੈ ਬਾਬਾ ਮੰਦਾ ਚੰਗਾ ਬੋਲਿਆ ਗਿਆ ਅਤੇ ਮੈਂ ਕਿਹਾ ਜੀ ਮਿਨਿਸਟਰਾਂ ਨੂੰ ਤੁਸੀਂ ਬੋਲਣ ਜੋਗਾ ਰਹਿਣ ਕਿੱਥੇ ਦਿੱਤਾ ਮਿਨਿਸਟਰਾਂ ਨੂੰ ਤੁਸੀਂ ਬੋਲਣ ਜੋਗਾ ਕਿੱਥੇ ਛੱਡਿਆ ਕਿਉਂਕਿ ਪਬਲਿਕ ਓਪੀਨੀਅਨ ਪਰਸੈਪਸ਼ਨ ਕਾਹਦੀ ਹੁੰਦੀ ਆ ਕਿਉਂਕਿ ਜਿੰਨੇ ਵੀ ਸਾਡੀ ਸਰਕਾਰ ਦੀ ਕਿਉਂਕਿ ਅੱਜ ਹਾਲਾਤ ਕੀ ਆ ਕੰਟਰੀ ਦੇ ਕਿਉਂਕਿ ਜੋ ਹਾਲਾਤ ਦਿੱਲੀ ਦੇ ਵਿੱਚ BJP ਨੇ ਕੀਤੇ ਆ ਅਤੇ ਉਹਨੂੰ ਇੱਕੋ ਇੱਕ ਗਲੂ ਕਰ ਸਕਦਾ ਉਹ ਹੈਗੀ ਕਾਂਗਰਸ ਪਾਰਟੀ ਕਿਉਂਕਿ ਪੰਜਾਬ ਦਾ ਵੀ ਭਲਾ ਉਹਦੇ ਵਿੱਚ ਹੀ ਆ ਅਤੇ ਹਿੰਦੁਸਤਾਨ ਦਾ ਭਲਾ ਵੀ ਉਹਦੇ 'ਚ ਹੀ ਆ ਲੇਕਿਨ ਅਸੀਂ ਹਰ ਜਿਹੜਾ ਕੇਸ ਆ ਉਹਨੂੰ ਕੋਰਟ ਦੇ ਵਿੱਚ ਲਿਜਾ ਕੇ
तो उत्थे जाके किते ना किते कंप्रोमाइज़ वाली सिचुएशन क्रिएट करते हैं। तो मैं कैप्टन अमरिंदर सिंह जी ने यही कहा सी, मैं कहा जिहड़ा वक्त आ वो किसी लिए ठहरदा नहीं हुंदा, असी रीयल प्रॉब्लम नूं समझ के उहनूं फिक्स करिए, क्योंकि जदों असी लोपापोची पाउण लगते हैं ना, आ हुण आ मोदी की बथेरी लोपापोची होई ते लोकी तड़ा तर मन रहे हैगे आ। अच्छा, उहनां दा कोई बंदा बोलण नूं तैयार नहीं, उहनां दा मंत्री, उहनां दा जिन्ने भी उहनां दे मिनिस्टर्स हैगे आ। ते आपां वी कम से कम जे आपां इंट्रोस्पैक्शन तां कर लईए भी साडी प्रॉब्लम कित्थे आ, जे प्रॉब्लम हैगी आ ते उहदा सल्यूशन भी लभिया जाऊ। तो जे असी कहने सिर्फ असी लोपापोची करनी आ, प्रॉब्लम लभनी नहीं है, तो वह समा बहुता दूर नहीं है। सो इस करके ये बेसिकली इंट्रोस्पैक्शन करके तो इमीजिएटली जिहड़े जिहड़े दोषी हैगे आ उन्हां नूं आपां सख्त तो सख्त सजावां दवाईए, तां कि जिहड़ी परसैप्शन आ, क्योंकि मैं अज इक्को ही टॉपिक ते जिहड़ी गल करनी आ, और मैं तुहानू इह भी रिक्वेस्ट करूँगा कि आपां हफ्ते दसां दिनां बाद जरूर मिलिया करांगे, क्योंकि मैं आ 2019 दे विच इक कहा ही नहीं जी, वह किसी होर ने कहता, इदां हो गया मीडिया वालिया ने कितने गलत उन्होंने इंटरप्रिटेशन कर ली, पर मैं ये काम नहीं करता, क्योंकि मैं तुहानू भी पता मैं बहुत घट आना मीडिया दे विच, लेकिन आ 2019 दे विच मैं इन्हां नूं चिट्ठी लिखी सी और ये दे विच कहा सी भी आपां आह चीज़ां कर लीए, क्योंकि एक सीएम दे लैवल ते जे RDF दे पैसे आ गए वह डिस्ट्रीब्यूट हो गए, जे असी गूठा ला लिया वो शहरां नूं देता, दिस इज़ नॉट, क्योंकि एटलीस्ट कैप्टन अमरिंदर सिंह वर्गे एडमिनिस्ट्रेटर तो यह गल्लां जिहड़ियां आस नहीं कीतियां जा सकदियां, लेकिन जिहड़ियां हो रहीआं, और क्योंकि इस गल्लां मैनूं लगदा लगभग बाकी MLA भी हो सकदा सहमत होणगे, जे नहीं क्योंकि देखो गवर्नमेंट नूं फिर डिफेंड करन, खुल्ह के डिफेंड करन, फिर घुटे घुटे जे पिछले समयां चों, क्यों मैं तां जिहड़े जिहड़े कहिंदे वी आ ना, मैं तां कहिंदा कि आपां इशू बेस रखीए, आपां इशू दे पहरा देईए, ना कि क्योंकि बंदे अल्टीमेटली मैटर नहीं करदे हुंदे, मैटर तां इशू करदा कि इशू की हैगा, असीं उहनूं फिक्स किदां करना ते अपनी परसैप्शन नूं बैटर किवें करना। सो इस करके जिहड़ी बेसिकली 2017 वाली इलैक्शन आ, उह कैप्टन अमरिंदर सिंह दे नां नूं जित्ती गई सी, ते जो अज दे हालात हैगे आ, मैं तां इह वी CM साहब नूं कहा, मैं कहा जी तुसीं सर्वे करवाउंदे आ, तुसीं अपना ही सर्वे करवा लो, तां 2017 दा ते हुण अपना सर्वे करवा लो, आ ते इहो जिहे बड़े हैगे आ, क्योंकि हर चीज़ नूं कवर अप करना, हर चीज़ दे उत्ते मिट्टी पाउणी। सो मैं तां इन्ना ही जिहड़ा तुहाडे मीडियम दे थ्रू तो इन्नी बेनती करना चाहुंदा कि जिहड़े कांग्रेसी भी ना एक दूसरे ते दूषणबाजी करदे आ, जां इह कहिंदे आ कि क्योंकि इहदे विच मान लो सपोज किसी ABC किसी का भी आप कह दीए कि वह गलत बोलता, वह ठीक बोलता, पर अल्टीमेटली तो जस्टिस की गल हैगी है ना, जस्टिस मिलना चाहिए, बाकी होर आले दुआले तो जो मर्जी हों रहे वो की मायना रख। सो थैंक यू वेरी मच। नवजोत देखो मैनू लगता इदा की गल करनी नहीं चाहिए, क्योंकि CM एक सूबे का फादर हुंदा, फादरली फिगर हुंदी है, उहदे नाल मान लो नवजोत ते कैप्टन अमरिंदर सिंह जे पटियाले तो इलैक्शन भी लड़न तो फिर इशू वो सॉल्व हो जूगा। मैनू लगता भी इन्हां गल्लां च तां सानू पहना ही नहीं चाहिए, क्योंकि यह तो इहो जिहियां गल्लां हैगियां जिहदे च मैनू नहीं लगता, यह तो कोई होर कोई छोटे लैवल का लीडर कोई इदा की गल कर जाए तो कर जाए, यहो जे वे लीडर यहो जी गल करनी नहीं चाहिए। नहीं, एक तो सी भी आप की करना जी। एक हैगा कि पिछले पास होया कि सिचुएशन इदा की बनी क्यों, क्योंकि आने वाले समय के बेसिकली जो जो उत्थे एक्सपर्ट्स है, क्योंकि दो जजेस भी उत्थे बैठे सके, बाकी भी होर लीगल टीम सी कि जो ये रेमेडी हैगी ये ठीक है भी जिहड़ी जिस गल की जिहड़ा जिन्हें एप्लीकेंट सीगा जिन्हें उस गल की प्रेयर भी नहीं की उदों गांह भी दे जजमेंट दी गई हैगी बेसिकली एक लीगल प्रोसैस हैगा, बट एट द सेम टाइम सानू इमीडिएटली मैनू जिनी क गल समझ हैगी आ, क्योंकि थोड़ा बहुत मैं पुलिस दे विच भी काम किया कि ये फिर इन्वेस्टिगेशन करके तो सानू इमीडिएटली दोबारा चलान जिहड़ा आ
और जिहड़े बाकी इशूज़ हैगे आ ਉਹਨੂੰ ਉਹਨੂੰ ਕਿਸੇ ਤਰ੍ਹਾਂ ਵੀ ਜਿੱਥੇ ਵੀ ਉਹ ਚੈਲੰਜ ਹੋ ਸਕਦਾ ਹੋਵੇ ਉਹਨੂੰ ਕਰਨਾ ਚਾਹੀਦਾ। ਪਰ ਜਿਹੜੇ ਚਲਾਨ ਆਪਣੇ 3 ਸਾਲ ਆਪੇ ਬਰਗਾੜੀ ਦਾ ਮੇਨ ਮਸਲਾ ਸੀ, ਉਸ ਨੂੰ ਲੈ ਕੇ ਖਟੜਾ ਕਮੇਟੀ ਜਿਹੜੀ ਬਣੀ ਸੀ ਉਹਨਾਂ ਨੇ ਜਿਹੜਾ ਚਲਾਨ ਫਾਈਨਲ ਕੀਤਾ ਸੀ ਜਨਵਰੀ ਦੇ ਵਿੱਚ, ਇਸੇ ਹਾਈ ਕੋਰਟ ਨੇ ਉਸ ਚਲਾਨ ਨੂੰ ਖਾਰਜ ਕਰਤਾ ਸੀ। ਇਹ ਨਹੀਂ ਕਹਿ ਦਿੱਤਾ ਸੀ ਖਟੜਾ ਕਮੇਟੀ ਨੂੰ ਵੀ ਹਟਾਓ, ਚਲਾਨ ਨੂੰ ਖਾਰਜ ਨਹੀਂ ਕੀਤਾ ਸੀ, ਸਿਰਫ ਖਟੜੇ ਨੂੰ ਕਿਹਾ ਸੀ ਵੀ ਇਹਨੂੰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸਾਰੀ ਇਨਵੈਸਟੀਗੇਸ਼ਨ ਨੂੰ ਕਿਹਾ ਸੀ ਹਟ ਕੇ ਕਰੋ ਨਵੇਂ ਸਿਰੇ ਤੋਂ, ਤੇ ਜਿਹੜੀ ਸੀਬੀਆਈ ਦੀ ਇਨਵੈਸਟੀਗੇਸ਼ਨ ਹੈ ਉਸ ਨੂੰ ਨਾਲ ਜੋੜ ਕੇ ਕਰੋ। ਔਰ ਉਹ ਮਾਮਲੇ ਨੂੰ ਲੈ ਕੇ ਹਜੇ ਤੱਕ ਕੈਪਟਨ ਸਰਕਾਰ 4 ਮਹੀਨੇ ਹੋ ਚੁੱਕੇ ਨੇ ਉਸ ਆਰਡਰ ਨੂੰ, ਇਹ ਅੱਜ ਵੀ ਇਹ ਗੱਲ ਹੋਈ ਆ। ਲੇਕਿਨ ਉਹ ਬੇਸਿਕਲੀ ਚਲਾਨ ਨਹੀਂ ਡਿਸਮਿਸ ਕੀਤਾ ਗਿਆ ਸੀ, ਉਹ ਬੇਸਿਕਲੀ ਖਟੜੇ ਨੂੰ ਉਸ ਉਹਦੇ ਤੋਂ ਲਾਭੇ ਕੀਤਾ ਗਿਆ ਸੀ ਵੀ ਇਹ ਇਹਦਾ ਚੀਫ ਨਹੀਂ ਹੋਊਗਾ, ਅਤੇ ਜਿਹੜੀ ਬਾਕੀ ਕਿਉਂਕਿ ਇਨਵੈਸਟੀਗੇਸ਼ਨ ਤਾਂ ਆਲਮੋਸਟ ਪੂਰੀ ਆ, ਡਾਕੂਮੈਂਟ CBI ਤੋਂ ਆਉਣੇ ਸੀ, ਜਿਹੜੇ ਡਾਕੂਮੈਂਟ CBI ਤੋਂ ਵਾਪਸ ਆਏ ਹੈਗੇ ਆ ਅਲਟੀਮੇਟਲੀ ਉਹਨਾਂ ਨੂੰ ਕੋਰਲੇਟ ਕਰਕੇ ਜੋ ਵੀ ਉਹਦੇ ਵਿੱਚ ਊਣਤਾਈਆਂ ਜਾਂ ਜੋ ਵੀ ਇਹ ਪੰਜਾਬ ਪੁਲਿਸ ਉਹਦੇ ਵਿੱਚ ਕਹਿਣਾ ਚਾਹੁੰਦੀ ਆ ਉਹਨੂੰ ਚਲਾਨ ਦੇਣਾ ਚਾਹੀਦਾ ਤਾਂ ਕਿ ਜਿਹੜੇ ਬੇਅਦਬੀ ਦੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਿਹੜੀ ਸਜ਼ਾ ਹੋ ਸਕੇ। ਪੂਰੀ ਨਹੀਂ ਦੇਖੋ, ਗੱਲ ਬੜੀ ਕਲੀਅਰ ਹੈਗੀ ਆ ਕਿ ਉਹ ਜਿਹੜੀ ਸਿੱਟ ਸੀ ਆਲ ਦੋ ਗਵਰਨਮੈਂਟ ਦੀ ਉਹਦੇ ਵਿੱਚ ਕੋਈ ਡਾਇਰੈਕਟਲੀ ਇੰਟਰਫੀਰੈਂਸ ਨਹੀਂ ਹੋਣੀ ਚਾਹੀਦੀ, ਬਟ ਐਟ ਦਾ ਸੇਮ ਟਾਈਮ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਜੇ ਸਿੱਟ ਦੇ 2 ਜਾਂ 3 ਮੈਂਬਰ ਜਿਹੜੇ ਆ ਉਹ ਸਿੱਟ ਤੋਂ ਉਹ ਇਨਵੈਸਟੀਗੇਸ਼ਨ ਤੋਂ ਹੀ ਸਾਈਡ 'ਤੇ ਹੋ ਗਏ, ਅਲਟੀਮੇਟਲੀ ਸੰਬੜੀ ਹੈਜ਼ ਟੂ ਟੇਕ ਰਿਸਪੋਂਸੀਬਿਲਟੀ। ਇਹ ਤਾਂ ਨਹੀਂ ਹੈਗਾ ਕਿ ਅਸੀਂ ਉਸ ਰਿਸਪੋਂਸੀਬਿਲਟੀ ਤੋਂ, ਮੈਂ ਤਾਂ ਤੁਹਾਨੂੰ ਐਗਜ਼ਾਮਪਲ ਕੋਟ ਕੀਤੀ ਆ ਵੀ ਮੰਨ ਲਓ ਸਪੋਜ਼ ਮੈਂ ਇੰਡੀਵਿਜੁਅਲੀ ਚੰਗਾ ਵੀ ਖੇਡਦਾ, ਬਟ ਐਟ ਦਾ ਸੇਮ ਟਾਈਮ ਜੇ ਮੇਰੀ ਟੀਮ ਹਾਰਦੀ ਆ ਤਾਂ ਮੈਨੂੰ ਉਹਦੀ ਜ਼ਿੰਮੇਵਾਰੀ ਤਾਂ ਲੈਣੀ ਪਊਗੀ। ਇਹ ਤਾਂ ਹੈ ਨਹੀਂ ਗਾ ਕਿ ਮੈਂ ਕਹਾਂ ਵੀ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ, ਅਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਸ ਗੱਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਬੀਂਗ ਏ ਹੋਮ ਮਿਨਿਸਟਰ। ਦੇਖੋ ਮੈਂ ਤਾਂ ਬੜੀ ਕਲੀਅਰ ਆ, ਪਿਛਲੀ ਵਾਰੀ ਰਵੀ ਸਿੱਧੂ ਨੂੰ AC ਕੈਪਟਨ ਅਮਰਿੰਦਰ ਸਿੰਘ ਨੇ ਫੜ ਕੇ ਅੰਦਰ ਦਿੱਤਾ ਸੀ ਅਤੇ ਪਰਸੈਪਸ਼ਨ ਬੜੀ ਕਲੀਅਰ ਸੀ। ਜਦੋਂ ਮਾਨੀ ਨਾ ਹੋਵੇ, ਜਦੋਂ ਇਸ ਗੱਲ ਦਾ ਮਾਨੀ ਨਾ ਹੋਵੇ ਵੀ ਇਹਨੂੰ ਠੰਡੇ ਬਸਤੇ 'ਚ ਇਹਨੂੰ ਇੱਧਰ ਨੂੰ ਤੋਰ ਲਓ, ਕਿਉਂਕਿ 4 ਸਾਲ ਸਵਾ 4 ਸਾਲ ਹੋ ਗਏ ਅਸੀਂ ਲੋਕਾਂ ਦੇ ਵਿੱਚ ਜਾਣਾ, ਅਸੀਂ ਉਸ ਗੱਲ ਨੂੰ ਕਿਸ ਤਰ੍ਹਾਂ ਡਿਫੈਂਡ ਕਰਾਂਗੇ ਕਿ ਹਾਂ ਵੀ। ਔਰ ਜਿਹੜੇ ਮਿਨਿਸਟਰਸ ਹੈਗੇ ਆ, ਮਿਨਿਸਟਰਸ ਨੂੰ ਇਹ ਵੀ ਕਿਹਾ ਗਿਆ ਵੀ ਜਿਹੜਾ ਨਹੀਂ ਦਿਲ ਕਰਦਾ ਉਹ ਰਿਜ਼ਾਈਨ ਕਰ ਦੇਵੇ, ਬਟ ਮਿਨਿਸਟਰਾਂ ਕੋਲ ਡਿਫੈਂਡ ਕਰਨ ਲਈ ਉਹ ਕੀ ਕਹਿਣ ਜਾ ਕੇ ਲੋਕਾਂ ਦੇ ਵਿੱਚ। ਨਹੀਂ, ਅਸੀਂ ਬੇਸਿਕਲੀ ਦੇਖੋ ਮੈਂ ਸਭ ਤੋਂ ਪਹਿਲੀ ਗੱਲ ਇਹ ਕਹੀ ਆ, ਅਕਾਲੀ ਦਲ ਇਹਦੀਆਂ ਬਹੁਤੀਆਂ ਖੁਸ਼ੀਆਂ ਨਾ ਮਨਾਵੇ, ਕਿਉਂਕਿ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੋਇਆ। ਔਰ ਮੈਂ ਉਦੋਂ ਇਹ ਗੱਲ ਇਹਨਾਂ ਨੂੰ ਕਹੀ ਵੀ ਸੀ ਭਈ ਤੁਸੀਂ ਕੇਸ ਹੈਸੀਅਤ ਦੇ ਵਿੱਚ ਜਿਹੜਾ ਇਹ ਸੌਦਾ ਸਾਧ ਹੈ ਇਹਨੂੰ ਕਿਸ ਹੈਸੀਅਤ ਦੇ ਵਿੱਚ ਤੁਸੀਂ ਮਾਫ਼ੀਨਾਮਾ ਦੇ ਰਹੇ ਹੋ, ਅਤੇ ਇਹਨਾਂ ਨੇ ਉਦੋਂ ਵੀ ਮੇਰੀ ਗੱਲ, ਕਿਉਂਕਿ ਮੈਂ ਉਦੋਂ ਉੱਥੇ ਸੀਗਾ, ਮੈਂ ਇਹ ਗੱਲ ਕਹੀ ਸੀ ਕਿ ਇਹ ਤੁਸੀਂ ਇਹ ਗਲਤ ਜਿਹੜੀ ਰੀਤ ਹੈ ਇਹ ਪਾ ਰਹੇ ਹੋ ਅਤੇ ਇਹ ਦੋ ਧਾਰੀ ਤਲਵਾਰ ਆ, ਅਤੇ ਮੈਨੂੰ ਉੱਥੇ ਕਿਹਾ ਗਿਆ ਸੀ ਵੀ ਹਾਂ ਵੀ ਤੂੰ ਤਾਂ ਨੈਗੇਟਿਵ ਗੱਲ ਕਰਦਾ। ਮੈਂ ਨੈਗੇਟਿਵ ਗੱਲ ਤਾਂ ਮੈਂ ਕਦੀ ਕਰਦਾ ਨਹੀਂ ਹੈ, ਮੈਂ ਤਾਂ ਬਹੁਤ ਘੱਟ ਗੱਲ ਕਰਦਾ, ਅਤੇ ਮੈਂ ਕਹਿੰਦਾ ਮੇਰੀ ਗੱਲ ਤਾਂ ਸੁਣ ਲਓ। ਮੈਂ ਹੁਣ ਵੀ ਇਹ ਗੱਲ, ਆਹ ਜਿਹੜੀ ਚਿੱਠੀ ਆ 2019 ਦੇ ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਸੀ, ਪਰ ਮੈਨੂੰ 1.5 ਮਹੀਨਾ ਇਹਨਾਂ ਨੇ ਟਾਈਮ ਵੀ ਨਹੀਂ ਦਿੱਤਾ, ਅਤੇ ਜਦੋਂ ਇਹਨਾਂ ਦੇ ਆਫਿਸ ਤੋਂ ਲੀਕ ਹੋ ਗਈ ਫਿਰ ਮੇਰੇ ਕਹਿਣ ਦਾ ਮਤਲਬ ਆਪ ਤਾਂ ਇਹ ਇਨਡਿਸਿਪਲਿਨ ਕ੍ਰੀਏਟ ਕਰਦੇ ਆ। ਅੱਛਾ ਇਹ ਕਹਿੰਦੇ ਆ ਕਿ ਤੁਸੀਂ ਪਬਲਿਕ ਦੇ ਵਿੱਚ ਨਾ ਜਾਓ, ਤੁਸੀਂ ਮੀਡੀਆ 'ਚ ਨਾ ਜਾਓ, ਅੱਜ ਵੀ ਗੱਲ ਹੋਈ ਆ, ਮੈਂ ਮੀਡੀਆ ਦੇ ਵਿੱਚ ਤੁਹਾਨੂੰ ਵੀ ਅਦਰਵਾਈਜ਼ ਐਜ਼ ਏ ਹਾਕੀ ਪਲੇਅਰ ਤਾਂ ਤੁਸੀਂ ਮੈਨੂੰ ਲਗਭਗ ਸਾਰੇ ਹੀ ਆਪਾਂ ਮਿਲਦੇ ਰਹਿੰਦੇ ਹਾਂ, ਪਰ ਮੈਂ ਬਹੁਤ ਘੱਟ ਆਉਣਾ, ਇਸ ਕਰਕੇ ਆਉਣਾ ਵੀ ਯਾਰ ਹਰ ਗੱਲ ਮੀਡੀਆ 'ਚ ਨਹੀਂ ਦਿੱਤੀ ਜਾ ਸਕਦੀ। ਬਟ ਜਦੋਂ ਤੁਸੀਂ ਇਨਡਿਸਿਪਲਿਨ ਕ੍ਰੀਏਟ ਕਰੋਗੇ ਤਾਂ ਫਿਰ ਅਲਟੀਮੇਟਲੀ
ਤੇ ਲੋਕੀ ਤਾਂ ਜਾਣਗੇ। ਨਹੀਂ ਇਹਦੇ ਵਿੱਚ ਤਾਂ ਬੇਸਿਕਲੀ ਬਾਕੀ ਹੋਰ ਵੀ ਇਸ਼ੂ ਹੈਗੇ ਆ, ਪਾਵਰ ਪਰਚੇਸ ਦਾ ਹੈਗਾ, ਮਾਈਨਿੰਗ ਦਾ ਹੈਗਾ, ਬਟ ਬਿਲਕੁਲ। ਔਰ ਮੈਂ ਅਦਰਵਾਈਜ਼ ਵੀ ਬੈਠ ਕੇ ਮੈਂ ਕਿਹਾ ਜੀ ਅਸਲੀ ਗੱਲ ਹੈ, ਇਹਦੀ ਜੜ ਨੂੰ ਫੜ ਲਈਏ, ਇਹਦੀ ਜੜ ਨੂੰ ਫੜ ਕੇ ਅਤੇ ਆਪਾਂ ਜਿਹੜੇ ਜਿਹੜੇ ਮੈਂ ਅਸਲੀ ਗੱਲ ਹੈ, ਮੈਂ ਕੋਈ ਹਾਰਡ ਐਂਡ ਫਾਸਟ ਬਹੁਤਾ ਕਿਸੇ ਵੀ ਬੇਸਿਕਲੀ ਧਰਮ ਦੇ ਨਾਲ ਵੀ ਮੇਰਾ ਕੋਈ ਬਹੁਤ ਹਾਰਡ ਐਂਡ ਫਾਸਟ ਲਗਾ ਨਹੀਂ ਹੈਗਾ। ਮੈਂ ਕਹਿੰਦਾ ਜਿਹੜਾ ਇਨਸਾਨ ਚੰਗਾ ਹੁੰਦਾ ਉਹ ਕਿਸੇ ਧਰਮ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਮੈਂ ਤਾਂ ਸਪੋਰਟਸਮੈਨ ਹੈ। ਲੇਕਿਨ ਐਟ ਦਾ ਸੇਮ ਟਾਈਮ ਜਿਹਨੇ ਗਲਤੀ ਕੀਤੀ ਆ, ਜਿੰਨੀ ਗਲਤੀ ਹੋਈ ਆ ਉਹਨੂੰ ਉਨੀ ਸਜ਼ਾ ਮਿਲ ਜਾਵੇ। ਬੇਸਿਕਲੀ ਸਟੇਟ ਦਾ ਤਾਂ ਇਹ ਹੀ ਰੋਲ ਹੁੰਦਾ। ਦੇਖੋ ਅਲਟੀਮੇਟਲੀ ਜੇ ਚੈਲੰਜ ਹੋਊਗੀ ਤਾਂ ਉਹ ਸੁਪਰੀਮ ਕੋਰਟ 'ਚ ਹੋਊਗੀ। ਉਹਦੇ ਵਿੱਚ ਫਾਸਟ ਟਰੈਕ ਤਾਂ ਕਿਉਂਕਿ ਉੱਥੇ ਵੀ ਕੋਵਿਡ, ਬੇਸਿਕਲੀ ਕੋਵਿਡ ਕਰਕੇ ਲਗਭਗ ਕੋਰਟਸ ਵੀ ਸਾਰੀਆਂ ਬੰਦ ਹੈਗੀਆਂ। ਇਹ ਤਾਂ ਬੇਸਿਕਲੀ ਐਜ਼ ਏ ਹੋਮ ਮਿਨਿਸਟਰ, ਐਜ਼ ਏ ਡੀ ਜੀ ਪੀ, ਐਜ਼ ਏ ਹੋਮ ਸੈਕਟਰੀ, ਇਹਨਾਂ ਨੂੰ ਬੇਸਿਕਲੀ ਦੇਖੋ ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿੰਦਾ, ਮੈਂ ਦੇਖੋ ਥੋੜ੍ਹੀ ਨੌਕਰੀ ਵੀ ਕੀਤੀ ਆ, ਮੈਂ ਕਹਿੰਦਾ ਇਨਸਾਫ਼ ਦੇ ਦਈਏ ਆਪਾਂ। ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਫਾਹੇ ਲਾ ਦਿਓ, ਕਿਸੇ ਨੂੰ ਐਂ ਕਰ ਦਿਓ, ਕਿਸੇ ਨੂੰ ਐਂ ਕਰ ਦਿਓ। ਜਿਹਦਾ ਜਿੰਨਾ ਰੋਲ ਹੈਗਾ ਉਹਨਾਂ ਰੋਲ ਉਹਦਾ ਤੁਸੀਂ ਆਈਡੈਂਟੀਫਾਈ ਕਰਕੇ, ਇਨਵੈਸਟੀਗੇਸ਼ਨ ਕਰਕੇ ਪੁੱਟ ਇਨ ਦਾ ਕੋਰਟ ਕਿ ਹਾਂ ਵੀ ਉਹਨੂੰ ਜਿੰਨੀ ਜਿੰਨੀ ਕੋਰਟ ਸਮਝੂਗੀ, ਉਹਦੀਆਂ ਗਵਾਹੀਆਂ ਹੋਣੀਆਂ, ਉਹਦੇ ਟ੍ਰਾਇਲ ਹੋਣੇ ਆ, ਉਹਨੂੰ ਉਨੀ ਸਜ਼ਾ ਮਿਲ ਜਾਊਗੀ। ਕਿਉਂਕਿ ਪੋਲੀਟੀਕਲ ਬੰਦੇ ਨੂੰ ਤਾਂ ਦੇਖੋ ਐਂਡ ਆਫ ਦਾ ਡੇ ਅਕਾਲੀ ਦਲ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਵੀ ਹਾਂ ਵੀ ਇਹ ਸਾਡੇ ਸਮੇਂ 'ਚ ਨਹੀਂ ਹੋਈ। ਔਰ ਇਹ ਅਸੀਂ ਵੀ ਇਹਦੇ ਤੋਂ ਮੁਨਕਰ ਨਹੀਂ ਹੋ ਸਕਦੇ ਵੀ ਅਸੀਂ ਚਾਰ ਸਾਲ ਦੇ ਵਿੱਚ ਲਗਭਗ ਉੱਥੇ ਹੀ ਖੜ੍ਹੇ ਹਾਂ। ਕਿਉਂਕਿ ਰਿਐਲਿਟੀ ਸਾਨੂੰ ਫੇਸ ਕਰਨੀ ਪਊਗੀ। ਜੇ ਰਿਐਲਿਟੀ ਫੇਸ ਨਹੀਂ ਕਰਾਂਗੇ ਆਹ ਕਰੋਨਾ ਵਾਲਾ ਹਾਲ ਹੋਊਗਾ। ਕਿਉਂਕਿ ਨਹੀਂ ਕਿਸਾਨ, ਬੇਸਿਕਲੀ ਸਾਨੂੰ ਨੁਕਸਾਨ ਤਾਂ ਆਲਰੇਡੀ ਹੋ ਗਿਆ, ਪਰ ਇਹਦੇ ਤੋਂ ਅਸੀਂ ਕਿੱਦਾਂ ਉੱਭਰਨਾ। ਕਿਉਂਕਿ ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿੰਦਾ ਕਿ ਯਾਰ ਦੇਸ਼ ਦੀ ਸਮੱਸਿਆ ਇਹ ਹੋਈ ਆ ਕਿ ਹੌਲੀ 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 ਆਪਾਂ ਸਭ ਨੂੰ ਸਾਹਮਣੇ ਸਾਰਿਆਂ ਦੇ ਹੈਗਾ ਕਿ ਬੀਜੇਪੀ ਕਰ ਕੀ ਰਹੀ ਆ। ਔਰ ਇਹਦੇ ਵਿੱਚ ਥਰੂ ਆਊਟ ਕੰਟਰੀ ਜੇ ਕੋਈ ਗਲੂ ਦਾ ਕੰਮ ਕਰ ਸਕਦੀ ਤਾਂ ਉਹ ਕਾਂਗਰਸ ਕਰ ਸਕਦੀ। ਇਸ ਕਰਕੇ ਸਾਡੀ ਪੰਜਾਬ ਨੂੰ ਵੀ ਬਚਾਉਣ ਦੀ ਜ਼ਰੂਰਤ ਆ ਅਤੇ ਸਾਨੂੰ ਹਿੰਦੁਸਤਾਨ ਨੂੰ ਵੀ ਬਚਾਉਣ ਦੀ ਜ਼ਰੂਰਤ ਹੈ। ਦੇਖੋ ਜਾਂ ਤਾਂ ਜਿਹੜੇ ਵਿਧਾਇਕ ਆ ਜਾਂ ਜਿਹੜੇ ਮੰਤਰੀ ਹੈਗੇ ਆ ਉਹ ਓਪਨਲੀ ਕਹਿਣ ਵੀ ਠੀਕ ਹੋਇਆ ਹੈਗਾ, ਡਿਫੈਂਡ ਕਰ। ਮੈਂ ਨਹੀਂ, ਮੈਂ ਕਹਿੰਦਾ ਕਿਸੇ ਬੰਦੇ ਨੂੰ ਇਸ਼ੂ ਇਹਦੇ 'ਚ ਨਾ ਬਣਾਓ। ਇਸ਼ੂ ਤਾਂ ਬੇਸਿਕਲੀ ਇਸ਼ੂ ਨੂੰ ਆਈਡੈਂਟੀਫਾਈ ਕਰਕੇ ਉਹਨੂੰ ਪਲੱਗ ਕਰੋ ਕਿ ਹਾਂ ਵੀ ਉਹਦੇ ਤੋਂ ਅਸੀਂ ਪੋਜ਼ਿਟਿਵ ਕਿੱਦਾਂ ਹੋਣਾ। ਔਰ ਜਿਹੜਾ ਕੰਸਰਨਡ ਬੰਦਾ ਹੈਗਾ ਜਿਹਨੇ ਉਹ ਗਲਤੀਆਂ ਕੀਤੀਆਂ ਉਹਨੂੰ ਐਂਡ ਆਫ ਦਾ ਡੇ ਸਜ਼ਾ ਹੋ ਜਾਵੇ। ਬੇਸਿਕਲੀ ਕਾਨੂੰਨ ਤਾਂ ਇਹ ਕਹਿੰਦਾ, ਲਾਅ ਆਫ ਦਾ ਲੈਂਡ ਤਾਂ ਇਹ ਕਹਿੰਦਾ। ਮੈਂ ਤਾਂ ਇਹੀ ਹੋਪ ਕਰਦਾ, ਪਰ ਮੈਂ ਜਦੋਂ ਵੀ ਕਿਤੇ ਤੁਹਾਡੇ ਨਾਲ ਪ੍ਰੈਸ ਨਾਲ ਗੱਲ ਕਰਦਾ ਮੈਂ ਇਹ ਕਹਿੰਦਾ ਡੈਮੋਕ੍ਰੇਸੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਮੁੱਕ ਗਈ। ਇੰਟਰਨਲ ਡੈਮੋਕ੍ਰੇਸੀ ਮੈਂ ਕਿਉਂ ਕਹਿੰਦਾ, ਕਿਉਂਕਿ ਜਦੋਂ ਸਮੇਂ ਦੇ ਉੱਤੇ ਅਸੀਂ ਡਿਸਕਸ਼ਨਸ ਨਹੀਂ ਕਰਦੇ, ਸਮੇਂ ਦੇ ਉੱਤੇ ਉਹਦਾ ਸਮਾਧਾਨ ਨਹੀਂ ਸੋਚਦੇ ਵੀ ਆਉਣ ਵਾਲਾ ਸਮਾਂ ਕਿਹੋ ਜਿਹਾ ਆਊਗਾ ਅਤੇ ਉਹਦੇ ਇਹੋ ਜਿਹੇ ਰਿਜ਼ਲਟ ਨਿਕਲਣੇ ਆ। ਮੈਂ ਆਹ 2019 ਦੇ ਵਿੱਚ ਚਿੱਠੀ ਇਸ ਕਰਕੇ ਲਿਖੀ ਸੀ ਵੀ ਇਹ ਮੈਨੂੰ ਐਂ ਲੱਗਦਾ ਸੀ ਵੀ ਇਹ ਵਿਜੂਲਾਈਜੇਸ਼ਨ ਆਹ ਹੈਗੀ ਆ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਕਿਤੇ ਇਲੈਕਸ਼ਨਾਂ 'ਚ ਨਹੀਂ ਜਾਣਾ। ਜੇ ਜਦੋਂ ਅਸੀਂ ਇਲੈਕਸ਼ਨਾਂ 'ਚ ਜਾਵਾਂਗੇ ਅਸੀਂ ਕੀ ਕਹਿ ਕੇ ਆਏ ਸੀਗੇ, ਜਦੋਂ ਅਸੀਂ ਕੀ ਕਹਿ ਕੇ ਆਏ ਸੀ ਤਾਂ ਫਿਰ ਲੋਕਾਂ ਨੇ ਸਾਨੂੰ ਪੁੱਛਣਾ ਵੀ ਹੈਗਾ ਨਾ। ਅੱਜ ਭਾਵੇਂ ਅਕਾਲੀ ਦਲ ਦੀ ਹਾਲਤ ਬਹੁਤ ਮਾੜੀ ਆ, ਆਪ ਵਾਲਾ ਕੋਈ ਫੇਸ ਵੈਲਿਊ ਹੈ ਨਹੀਂ, ਬਟ ਐਟ ਦਾ ਸੇਮ ਟਾਈਮ ਸਾਨੂੰ ਵੀ ਤਾਂ ਕੁਛ ਨਾ ਕੁਛ ਕਹਿਣਾ ਪਊਗਾ ਨਾ। ਦੇਖੋ ਮੈਨੂੰ ਤਾਂ ਐਂ ਲੱਗਦਾ ਵੀ ਕਿਤੇ ਇੱਛਾ ਸ਼ਕਤੀ ਦੀ ਘਾਟ ਹੈ। ਤੇ
उस चीज होर तरीके डाइवर्ट किया जा रहा है तो फर्क की है बाकी विधायक भी उंग कर रहे हैं जबकि नवजोत सिंह सिद्धू हम सारे टारगेट कर रहे हैं मैं तो कहना देखो बिल्कुल टारगेट नहीं करना चाहिए वो एक सैकेंडरी चीज़ हैगी नवजोत सिद्धू मेरा दोस्त हैगा मैं कदों कहना नहीं है बट एट द सेम टाइम जो कोई वह भी गलत गल करता मैं उन्होंने भी कहना हूँ बट एट द सेम टाइम ये नहीं है कि असी मान लो यही गल कल रौला पी जाता भी देखो जी उतों पटियाले तो नवजोत सिद्धू भी लड़ूगा देखो मैं मीडिया को भी रिक्वेस्ट करता कई बार आप भी कई बार ना किसी होर पासे तोर लें कई बार बराउनी जी चीज़ा चंगी तो लगदिया होंगे भी कैप्टन अमरिंदर सिंह लड़ूगा तो अगेंस्ट नवजोत सिद्धू लड़ूगा पर बरगाड़ी का कोई इंसाफ मिल जूगा उदे नाल जो जो होया बेअदबियां होईयां उहदा इंसाफ मिल जूगा सानू उहनां नूं मैं नहीं कहिंदा मैं कहिंदा बिल्कुल उदां दे ब्राउनी पॉइंट जिहड़े आ बेसिकली पब्लिक चाहुणे नहीं चाहीदे साडा इशू तां इह आ अच्छा उहदे तों बाद कौण की करदा कौण की नहीं करदा किहदी की परफॉर्मेंस आ किहदी की परफॉर्मेंस आ ते उहदा आपणे आप ही पता लग जाणा मैं तां प्रोफेसनल दुनिया चों आया जिन्ना चिर हॉकी ठोक बजा के खेडी आ उन्ना चिर ही लोग एक्सैप्ट करते उन्ना चिर ही तुहाडे टीममेट एक्सैप्ट करते उन्ना चिर ही हर बंदा एक्सैप्ट करता उहदे तों बाद कोई एक्सैप्ट नहीं करता ये नहीं हुंदा कि किसी नूं लंगड़ा घोड़ा नहीं चाहिए हुंदा मैं कदों नहीं कहिंदा क्योंकि जिहड़ी 4.25 साल की कारगुजारी है जिहड़ी 2002 तो लैके 2007 की परफॉर्मेंस आ लोगों ने 2017 दे विच ओ कैप्टन देख के वोटां पाईयां सीगियां पर ओ कैप्टन नहीं हैगा लीगल प्रॉब्लम हो जाए तो अलग गल है बट सानू एफर्ट्स दूरों की लगते हैं दूरों ऐ लगता सानू हर बंदा पिंडा दे विच कहिंदा भी तुसीं कैप्टन अमरिंदर सिंह ते बादल परिवार रले हुए हो सानू लोग क्वेश्चन करते हैं परसैप्शन तोड़नी कहने परसैप्शन तो इन्हां ने तोड़नी है सरकार ने तोड़नी है असी लोगों असी मान लो कहना भी हो कहीए मैनू ए लगता हों कि जो तुसी बेस्ट पॉसीबल कर सकते हो वह करना चाहिए बाकी लोगों पर छड़ देना चाहिए क्योंकि अल्टीमेटली तो लोगों की कचहरी से जाना कि लोग की सोचते हैं जो तुसी कर सकते हैं मैं नहीं कहता कई बार की हों कई बार ये भी हों भी साढ़े को मान लो फाइनैंशियली सोर्सिज उन्ने नहीं है पर जिहड़ी चीज़ कर सकते वह तो कर लीए ना जिहड़ा बेस्ट ब्रेन सी साढ़े को कैप्टन अमरिंदर सिंह बेसिकली वधिया ब्रेन पंजाब दे विच हैगा जिहड़ा कि बहुत वधिया तरीके नाल अपनी लास्ट पारी खेड सकदा सी बट एट द सेम टाइम नहीं खेडिया वो चलो 22 की तैयारी वो अलग गल हैगी वो जो समा आऊगा उदो देखूगा देखो वो तो अंदर जो होया होगा क्योंकि कैबिनेट के विच होया होगा वो बारे मैं बहुत ज़्यादा नहीं पता बट एट द सेम टाइम असी परफॉर्मेंस बेसिकली मैनू तो ए भी लगता हों देखो जे साडे MLA कोई माड़ा काम करते हैं मैं तो एक बार ये भी कह आया जो आ चिट्ठी ते डिस्कशन करना गया सी ना तो मैं तो यह भी कह आया कि जे साडे 2-4 MLA जे माड़े हैगे आ जे कोई रेता बेचते आ कोई माड़ा काम करते ठोक दौ कौन कहिंदा ना ठोको एंड ऑफ द डे तो तुसी परफॉर्मेंस देनी हैगी आ एंड परफॉर्मेंस दे विच जे तुसी कहो भी मैं उन्हूं भी कुछ नहीं कहना तो फिर इदा तो होना ही नहीं नहीं रेते वाला हुण सब 4 साल बाद असी एक बोर्ड बनाता तो फिर बोर्ड बनाउणा कादे लई सी कई वारी वो एडमिटेंस ही हुंदी आ सानू भी जिहड़े मर्जी होण मैं तो देखो हाई कमांड का की कसूर है इस मैनू तो एक गल नहीं समझ आई जो साढ़े MLA इंटरनल डेमोक्रेसी के MLA कहना चाहिए मिनिस्टर्स कहना चाहिए कि साड़ी आ प्रॉब्लम है वी हैव टू फिक्स इट अप जो असी नहीं कट्ठे होवे जो असी कट्ठे होके कहे नहीं तो फिर हाई कमांड की करूगी मैं कहना बेल चलो बेल होंदिया ही 302 दे केसां च भी बेल होंदियां बट एट द सेम टाइम उन्हूं लॉ दे दायरे च लिया के तो उहदा ट्रायल करा के तो उन्हूं उहदी बणदी सज़ा तक सरकार नूं एफर्ट करने चाहिए आ देखो अल्टीमेटली होम मिनिस्टर इज आंसरेबल ही हैज़ टू आंसर इट
ठीक है जी। प्लीज सब्सक्राइब आवर चैनल एंड प्रेस द बेल आइकन ताकि कोई भी नवी अपडेट तुझे बिल्कुल भी मिस ना करो।